ਪੁਸਤਕ ਸੁਹਾਰਾੰਗ ਸਿਆ ਰੰਗ ਦੀ ਕਹਾਣੀ ਇੱਕ ਜਾਮ লাশ ਨੂੰ ਛੇਤੀ ਲੈ ਜਾਓ ਜੇ ਕਿਦਰੇ ਪੁਲਿਸ ਨੂੰ ਖਬਰ ਹੋ ਗਈ ਤਾਂ ਸਾਰਿਆਂ ਨੂੰ ਖਿੱਚੀ ਫਿਰੂਗੀ ਐਸੇ ਅਚੰਬੇ ਵਾਲੀ ਮੌਤ ਸਮੇ ਪੁਲਿਸ ਜ਼ਰੂਰ ਦਖਲ ਦਿੰਦੀ ਹੈ ਇੱਕ ਘਰੋਂ ਪੁੱਤ ਗਿਆ ਦੂਜਾ ਪੁਲਿਸ ਕੇਸ ਜੇ ਬਣ ਗਿਆ ਕਿਦਰੇ ਜੋਗੇ ਨਹੀਂ ਰਹਾਂਗੇ ਬੁੱਢੀ ਦਾਦੀ ਦੋ ਹੱਥੜੀਆਂ ਆਪਣਾ ਸਿਰ ਪਿੱਟਦੀ ਹੋਈ ਉੱਚੀ ਆਵਾਜ਼ ਚ ਬੋਲੀ ਸਾਰੀ ਕੋਠੀ ਚ ਹਾਹਾਕਾਰ ਮਚ ਗਈ ਸੀ ਭੈਣ ਭਰਾ ਜਿਹੜੇ ਰਾਤੀ ਪ੍ਰੀਤਮ ਨਾਲ 11 ਵਜੇ ਤੱਕ ਹੱਸਦੇ ਖੇਡਦੇ ਰਹੇ ਸੀ ਔਨ ਸਾਰੇ ਕੰਦਾ ਨਾਲ ਟਕਰਾ ਮਾਰ ਰਹੇ ਸਨ ਮਾਂ ਆਪਣਾ ਢਿੱਡ ਫੜੀ ਦਿਲ ਚੀਰਵੀਂ ਆਵਾਜ਼ ਨਾਲ ਆਪਣਾ ਦੁੱਖ ਹੌਲਾ ਕਰਨ ਦੀ ਬੇਕਾਰ ਕੋਸ਼ਿਸ਼ ਕਰ ਰਹੀ ਸੀ ਉਧਰ ਲਾਜ ਤੇ ਸਰਾਨੇ ਬੈਠੀ ਲਾਜ ਪਿੱਟ ਦੀ ਪਿੱਟ ਦੀ بار-ਬਾਰ ਬੇਹੋਸ਼ ਹੋ ਜਾਂਦੀ ਕੋਲ ਬੈਠੀਆਂ ਤੀਵੀਆਂ ਚ ਕਦੇ ਕੋਈ ਉਹਦੇ ਮੂੰਹ 'ਚ ਪਾਣੀ ਪਾਉਂਦਾ ਕਦੇ ਕੋਈ ਉਹਦਾ ਨਵਾਂ ਜੰਮਿਆ ਬਾਲ ਚੋ ਅਜੇ ਵੀ ਪ੍ਰੀਤਮ ਸਿੰਘ ਨਾਲ ਮੰਜੀ ਉੱਪਰ ਪਿਆ ਸੀ ਸਭ ਜਿਵੇਂ ਪਾਗਲ ਹੋ ਗਏ ਹੋਣ ਚਾਰ ਚਫੇਰੇ ਗਮ ਦੀ ਹਨੇਰੀ ਨੇ ਸਭ ਨੂੰ ਆਪਣੇ ਪੰਜੇ 'ਚ ਲੈ ਲਿਆ ਸੀ ਕਰਦੇ 15 ਜੀਆਂ ਚੋਂ ਕਿਸੇ ਨੂੰ ਅਜੇ ਤੱਕ ਇਹ ਨਹੀਂ ਸੀ ਉਹੜੀ ਕਿ ਪ੍ਰੀਤਮ ਸਿੰਘ ਨੂੰ ਮੰਜੇ ਤੋਂ ਹੇਠਾਂ ਪੁੰਜੇ ਤਾਂ ਲਾ ਲੈਣ ਜਾਂ ਉਹਦੇ ਛੋਟੇ ਪੁੱਤਰ ਨੂੰ ਤਾਂ ਪ੍ਰੀਤਮ ਸਿੰਘ ਦੀ ਠੰਡੀ ਲੋਥ ਨਾਲੋਂ ਅਲੱਗ ਕਰ ਲੈਣ ਪ੍ਰੀਤਮ ਸਿੰਘ ਦਾ ਪਿਤਾ ਜੋਧ ਸਿੰਘ ਅਜੇ ਵੀ ਡਾਕਟਰਾਂ ਨੂੰ ਬੁਲਾਉਣਾ ਚਾਹੁੰਦਾ ਸੀ ਜਦੋਂ ਕਿ ਸ਼ਹਿਰ ਦਾ ਵੱਡਾ ਡਾਕਟਰ ਅਮਰਜੀਤ ਸਿੰਘ ਜੋ ਆਪ ਦੇ ਕੇ ਜਾ ਚੁੱਕਾ ਸੀ ਡਾਕਟਰ ਨੇ ਪ੍ਰੀਤਮ ਨੂੰ ਦੇਖਿਆ ਦੇਖਦੇ ਹੀ ਬੁੱਢੀ ਦਾਦੀ ਨੂੰ ਕਹਿ ਦਿੱਤਾ ਕਿ ਇਹਨੂੰ ਮਰਿਆ ਇੱਕ ਘੰਟਾ ਹੋ ਚੁੱਕਾ ਹੈ ਪਰ ਬੁੱਢੀ ਦਾਦੀ ਜਦੋਂ ਤੱਕ ਆਪ ਹੱਥਾਂ ਨਾਲ ਟੋ ਨਾ ਚੁੱਕੀ ਉਹਨੂੰ ਆਪਣੇ ਕੜੀ ਅਰਗੇ 2 ਸਾਲ ਪਹਿਲਾਂ ਵਿਆਹੇ ਪੁੱਤੇ ਦੀ ਮੌਤ ਦਾ ਯਕੀਨ ਨਾ ਆਇਆ ਸਾਰੇ ਸ਼ਹਿਰ 'ਚ ਪ੍ਰੀਤਮ ਦੀ ਮੌਤ ਦੀ ਹਾਹਾਕਾਰ ਮਚ ਗਈ ਸੀ ਕੋਈ ਕਹੇ ਕੱਲ ਤਾਂ ਮੇਰੇ ਨਾਲ ਗੱਲਾਂ ਕਰਕੇ ਗਿਆ ਕੋਈ ਕਹੇ ਸ਼ਾਮੀ 7 ਵਜੇ ਤਾਂ ਪਾਣ ਵਾਲੀ ਦੀ ਦੁਕਾਨ ਤੇ ਮੈਨੂੰ ਮਿਲਿਆ ਫੇਰੇ ਮਰਿਆ ਕਦੋਂ ਤੇ ਕਿਵੇਂ ਇਹ ਗੱਲ ਕਿਸੇ ਦੀ ਸਮਝ 'ਚ ਨਾ ਆਈ ਲਾਜਕੀ ਦੱਸੇ ਜੋ ਰਾਤ ਦੇ 11 ਵਜੇ ਤੱਕ ਪ੍ਰੀਤਮ ਸਿੰਘ ਨਾਲ ਆਪਣੇ ਉੱਪਰੋਂ ਥੱਲੇ ਦੇ ਤੂੰਹਾਂ ਲਾਡਲਿਆਂ ਦੀਪਕ ਤੇ ਨੀਰੂ ਦੀਆਂ ਗੱਲਾਂ ਕਰਦੀ ਰਹੀ ਸੀ ਫਿਰ ਹੋਰ ਬਹੁਤ ਕੁਝ ਪਿਆਰ ਭਰੀਆਂ ਗੱਲਾਂ ਜੋ ਸ਼ਾਇਦ ਸਾਰੀ ਉਮਰ ਵੀ ਨਾ ਮੁੱਕ ਸਕਦੀਆਂ ਪਤਾ ਹੈ ਨਾ ਤੈਨੂੰ ਸਵੇਰੇ ਛੇਤੀ ਉੱਠਣਾ ਹੈ ਜਲਦੀ ਕੰਮ ਉੱਤੇ ਜਾਣਾ ਹੈ ਕਿਉਂਕਿ ਠੇਕੇਦਾਰ ਸਾਰਾ ਕੰਮ ਪੂਰਾ ਕਰ ਲਿਆ 40000 ਰੁਪਏ ਦਾ ਬਿੱਲ ਬਿਲਕੁਲ ਹੀ ਮਿਲ ਜਾਏਗਾ ਤਾਂ ਲਾਜ ਨੇ ਦੀਪਕ ਨੂੰ ਆਪਣੇ ਪਲੰਘ ਉੱਤੇ ਲਟਾ ਲਿਆ ਸੀ ਤੇ ਛੋਟੇ ਪੁੱਤਰ ਨੀਰੂ ਨੂੰ ਪ੍ਰੀਤਮ ਨਾਲ ਹੀ ਸੁੱਤਾ ਰਹਿਣ ਦਾ ਸੀ ਉਹ ਤਾਂ ਸਿਰਫ 3-4 ਘੰਟੇ ਪਹਿਲਾਂ ਦੀ ਗੱਲ ਹੈ ਫਿਰ ਪ੍ਰੀਤਮ ਦੀ ਮੌਤ ਕਦੋਂ ਤੇ ਕਿਵੇਂ ਹੋਈ ਕਿਸੇ ਦੀ ਸਮਝ ਕੁਛ ਨਹੀਂ ਸੀ ਆ ਰਿਹਾ ਡਾਕਟਰ ਵੀ ਚੁੱਪ ਕਰਕੇ ਚਲਾ ਗਿਆ ਪਤਾ ਨਹੀਂ ਬੁੱਢੀ ਦਾਦੀ ਨਾਲ ਕੀ ਗੱਲ ਕਰਕੇ ਚੁੱਪਚਾਪ ਚਲਾ ਗਿਆ ਉਹੀ ਅਮਰਜੀਤ ਡਾਕਟਰ ਉਹਨਾਂ ਦਾ ਆਪਣਾ ਫੈਮਿਲੀ ਡਾਕਟਰ ਫਿਰ ਉਹ ਮੂੰਹ ਲਟਕਾਈ ਕਿਉਂ ਚਲਾ ਗਿਆ ਕੁਛ ਨਹੀਂ ਸੀ ਪਤਾ ਕਿਸੇ ਨੂੰ ਇਸ ਅਣਹੋਣੀ ਮੌਤ ਦਾ ਹੌਲੀ-ਹੌਲੀ ਠੇਕੇਦਾਰ ਜੋਧ ਸਿੰਘ ਦੀ ਕੋਠੀ 'ਚ ਧਿਲ ਸੁੱਟਣ ਦੀ ਵੀ ਥਾਂ ਨਹੀਂ ਸੀ ਗਲੀ ਮਹੱਲੇ ਵਾਲਿਆਂ ਤੋਂ ਬਗੈਰ ਪ੍ਰੀਤਮ ਸਿੰਘ ਦੇ ਠੇਕੇ ਤੇ ਕੰਮ ਕਰਨ ਵਾਲੇ ਕਈ ਵਰਕਰ ਤੇ ਪ੍ਰੀਤਮ ਸਿੰਘ ਦਾ ਸਾਂਝੀਦਾਰ ਹਜੂਰਾ ਸਿੰਘ ਵੀ ਆ ਗਿਆ ਸੀ ਉਹ ਦੂਰੋਂ ਹੀ ਤਾਂ ਮਾਰਦਾ ਹੋਇਆ ਪ੍ਰੀਤਮ ਦੀ ਲੋਥ ਨੂੰ ਆ ਚੰਬੜਿਆ ਉਹਦਾ ਰੋਣਾ ਤੇ ਵੈਨ ਸੁਣ ਕੇ ਕੰਧਾਂ ਵੀ ਜਿਵੇਂ ਰੋਣ ਲੱਗ ਪਈਆਂ ਰੋਵੇ ਨਾ ਤਾਂ ਕੀ ਕਰੇ ਇਹ ਹੀ ਪ੍ਰੀਤਮ ਸਿੰਘ ਦਾ ਜਿਗਰੀ ਦੋਸਤ ਤੇ ਦੁੱਖ ਸੁੱਖ ਦਾ ਸਾਂਝੀਦਾਰ ਸੀ ਪ੍ਰੀਤਮ ਸਿੰਘ ਦਾ ਪਿਤਾ ਹਜੂਰਾ ਸਿੰਘ ਨੂੰ ਲੋਥ ਤੋਂ ਹਟਾਉਂਦਾ ਹਟਾਉਂਦਾ ਆਪ ਹੀ ਪੁੱਤਰ ਦੀ ਠੰਡੀ ਮਿੱਟੀ ਉੱਪਰ ਧਾ ਕਰਦਾ ਡਿੱਗ ਪਿਆ ਸਬ ਪਾਸੇ ਕੋਠੀ ਚ ਕੀ ਬਾਹਰ ਸੜਕ ਉੱਪਰ ਕੀ ਇਹੇ ਪ੍ਰਸ਼ਨ ਸਭ ਦੇ ਮਨ ਚ ਉੱਠ ਰਿਹਾ ਸੀ ਕਿ ਇਹ ਮਰ ਕਿਵੇਂ ਗਿਆ? ਬਿਮਾਰ ਉਹ ਨਹੀਂ ਸੀ ਹੋਇਆ। ਛੱਟ ਕੋਈ ਉਹਨੂੰ ਨਹੀਂ ਸੀ ਵੱਜੀ। ਫਿਰ ਉਹਦੇ ਕਮਰੇ ਚ ਪ੍ਰੀਤਮ ਸਿੰਘ ਦੇ ਨਾਲ ਦੇ ਪਲੰਗ ਤੇ ਲਾਜਵੀ ਸੁੱਤੀ ਪਈ ਸੀ। ਫਿਰ ਕਿਹੜੀ ਬਿਜਲੀ ਆ ਪਈ ਇਸ ਕੜੀ ਵਰਗੇ ਜਵਾਨ ਤੇ? ਕਿਹੜਾ ਸੱਪ ਸੌਂ ਗਿਆ ਇਸ ਘਰ ਦੀ ਹਰੀ ਟਾਣੀ ਨੂੰ? ਘਰ ਦੇ ਸਭ ਛੋਟੇ ਵੱਡੇ ਪਾਗਲਾ ਵਾਂਗ ਕੰਧਾਂ ਨਾਲ ਟੱਕਰਾ ਮਾਰ ਰਹੇ ਸੀ। ਪਰ ਜੋਤ ਸਿੰਘ ਅਜੇ ਵੀ ਪੁੱਤਰ ਦੀ ਲਾਸ਼ ਦੇ ਮੱਥੇ ਨੂੰ ਟੋਰ ਰਿਹਾ ਸੀ ਸਿਰਫ ਬੁੱਢੀ ਦਾਦੀ ਸੀ ਜੋ ਪ੍ਰੀਤਮ ਸਿੰਘ ਦੀ ਅੰਤਮ ਵਿਦਾਇਗੀ ਲਈ ਕਫਨ ਜੋੜ ਰਹੀ ਸੀ ਹੋਰ ਕਿਸੇ ਨੂੰ ਉਹਦੀ ਮਿੱਟੀ ਸਮੇਟਣ ਦਾ ਫਿਕਰ ਨਹੀਂ ਸੀ ਸਭ ਨੂੰ ਰੋਣ ਕਰ ਲਾਉਣ ਤੋਂ ਬਿਨਾ ਹੋਰ ਕੁਝ ਨਹੀਂ ਸੀ ਸੁੱਝ ਰਿਹਾ ਇਹ ਕਿਹੜਾ ਕਹਿਰ ਭਰਿਆ ਦਿਨ ਚੜ੍ਹਿਆ ਸੀ ਅੱਜ ਇਸ ਸ਼ਹਿਰ ਉੱਤੇ ਇਸ ਮੁਹੱਲੇ ਉੱਤੇ ਇਸ ਪਰਿਵਾਰ ਉੱਤੇ ਤੇ ਲਾਜ ਉੱਤੇ ਜਿਹਦੀ ਸਾਰੀ ਦੁਨੀਆ ਜਿ ਲੁੱਟ ਚੁੱਕੀ ਸੀ ਉਹਦਾ ਸਰਤਾਜ ਅਜੇ 3-4 ਘੰਟੇ ਪਹਿਲਾਂ ਹੀ ਆਪਣੇ ਪਿਆਰ ਦੀ ਮਲਿਕਾ ਦੇ ਪਿਆਰ ਉੱਤੇ ਵਾਰੇ ਜਾ ਰਿਹਾ ਸੀ ਇਸੇ ਪਿਆਰ ਚੋਂ ਜਿਹਦੇ ਘਰ ਦੋ ਸਾਲਾਂ ਚ ਦੋ ਪੁੱਤਰ ਹੋ ਗਏ ਸਨ ਜਿਨ੍ਹਾਂ ਦਾ ਸਦਕਾ ਉਹ ਅੱਜ ਤੱਕ ਸਾਰੇ ਟੱਬਰ ਦੀਆਂ ਅੱਖਾਂ ਦਾ ਤਾਰਾ ਬਣੀ ਹੋਈ ਸੀ ਹੁਣ ਉਹਦਾ ਸਭ ਕੁਝ ਲੁੱਟਿਆ ਜਾ ਚੁੱਕਾ ਸੀ ਬੁੱਢੀ ਦਾਦੀ ਲਾਜ ਨੂੰ ਚੁੱਪ ਕਰਵਾਉਂਦੀ ਹੋਈ ਆਪ ਸਬਰ ਦਾ ਘੁੱਟ ਭਰੀ ਆਪਣੀ ਹਰੀ ਜੜ੍ਹ ਦੀ ਇੱਕ ਟਾਹਣੀ ਨੂੰ ਲੰਬੂ ਲਾਉਣ ਦੀ ਤਿਆਰੀ ਕਰ ਰਹੀ ਸੀ ਭੀੜ ਨੂੰ چیرਦੀ ਹੋਈ ਉਹ ਲੋਥ ਕੋਲੋਂ ਜੋਤ ਸਿੰਘ ਨੂੰ ਉਠਾ ਕੇ ਲੈ ਗਏ ਪ੍ਰੀਤਮ ਸਿੰਘ ਦੀ ਮਾਂ ਤਾਂ ਹੰਮਾਰ-ਮਾਰ ਆਪਣਾ ਪੂਰਾ ਹਾਲ ਕਰ ਰਹੀ ਸੀ ਉਹਦੇ ਢਿੱਡ ਨੂੰ ਅੱਗ ਲੱਗੀ ਹੋਈ ਸੀ ਜਿਹਨੂੰ ਕੋਈ ਬੁਝਾ ਨਹੀਂ ਸਕਦਾ ਇੱਕ ਘੰਟੇ ਪਿੱਛੇ ਪ੍ਰੀਤਮ ਸਿੰਘ ਦੀ ਲਾਸ਼ ਦਾ ਆਤਮਾਤਮੀ ਜਲੂਸ ਬਾਹਰ ਆ ਗਿਆ ਸਾਰਾ ਸ਼ਹਿਰ ਉਹਦੀ ਅੰਤਮ ਵਿਦਾਇਗੀ 'ਚ ਸ਼ਾਮਲ ਹੋ ਰਿਹਾ ਸੀ ਜੋਤ ਸਿੰਘ ਠੇਕੇਦਾਰ ਦਾ ਪੁੱਤਰ ਕੀ ਮਰਿਆ ਜਿਵੇਂ ਕੋਈ ਲੋਕਾਂ ਦਾ ਹਰਮਨ ਪਿਆਰਾ ਲੀਡਰ ਮਰ ਗਿਆ ਹੋਵੇ ਪ੍ਰੀਤਮ ਸਿੰਘ ਆਪਣੇ ਸ਼ਹਿਰ ਦਾ ਹੀ ਨਹੀਂ ਬਲਕਿ ਨਾਲ-ਨਾਲ ਦੇ ਕਈ ਸ਼ਹਿਰਾਂ ਦੇ ਲੋਕਾਂ ਦੇ ਦੁੱਖਾਂ ਦਾ ਸਾਂਝੀ ਸੀ ਉਹ ਗਰੀਬਾਂ ਦਾ ਦੋਸਤ ਆ ਮੀਰਾਂ ਦਾ ਭਾਈਵਾਲ ਭੁੱਖੇ ਨੰਗਿਆਂ ਦਾ ਇੱਕ ਵੱਡਾ ਸਹਾਰਾ ਸੀ ਫਿਰ ਕੌਣ ਨਾ ਉਹਨੂੰ ਰੋਂਦਾ ਪੁੱਤਰ ਦੀ ਚਿਤਾ ਨੂੰ ਅੱਗ ਦੇ ਖਾ ਕੇ ਠੇਕੇਦਾਰ ਜੋਧ ਸਿੰਘ ਤੇ ਉਹਦੀ ਮਾਂ ਜ਼ੋਰ ਨਾਲ ਪਿੱਟਣ ਲੱਗ ਪਈ ਮਾਂ ਮੱਚ ਦੇ ਸੇਵੇ ਨੂੰ ਦੇਖ ਕੇ ਟੜਾਮ ਕਰਦੀ ਜ਼ਮੀਨ ਤੇ ਡਿੱਗ ਪਈ ਲਾਜ ਨੂੰ ਤੀਵੀਆਂ ਬਾਰ-ਬਾਰ ਅੱਗ ਕੋਲੋਂ ਪਰਾਂ ਖਿੱਚ ਰਹੀਆਂ ਸਨ বারবার আগ ਕੋਲ ਆਪਣੇ ਪਤੀ ਦੀ ਚਿਤਾ ਚ ਛਾਲ ਮਾਰਨ ਨੂੰ ਭਜਦੀ। ਇੱਕ ਪਾਸੇ ਸਿਵੇ ਦੇ ਵੱਡੇ ਦਰਵਾਜ਼ੇ ਕੋਲ ਖੜਾ ਪ੍ਰੀਤਮ ਸਿੰਘ ਦਾ ਸੰਜੀ ਹਜੂਰਾ ਸਿੰਘ ਤਾਂ ਹਾਰ-ਮਾਰ ਪਿੱਟ ਰਿਹਾ ਸੀ। ਪਰ ਉਸੇ ਠੇਕੇ ਦਾ ਇੱਕ ਵਰਕਰ ਉਹਨੂੰ ਕੋਲ ਹੋ ਕੇ ਹੌਲੀ-ਹੌਲੀ ਕਹਿ ਰਿਹਾ ਸੀ, "ਬਾਊ ਜੀ, ਥੋੜਾ ਹੋਰ ਜ਼ੋਰ से ਚਿਲਾਓ। ਪੂਰਾ 40,000 ਆਬ ਆਪਕੇ ਹੱਥ ਮੇਂ ਹੈ। ਮੇਰਾ ਵੀ ਧਿਆਨ ਰੱਖਣਾ। 10 ਰੁਪਏ ਕੀ ਬੋਤਲ ਤੋਂ ਹਮ ਦੋਨੋ ਨੇ ਪੀ ਥੀ। ਉਸ ਕੋ ਤੋਂ 2 ਰੁਪਏ ਕੀ ਜ਼ਹਿਰ ਮੇਂ ਸੇ ਇੱਕ ਹੀ ਪੈਗ ਦਿਆ ਥਾ।" ਅਬ ਕੋਈ ਕੁਛ ਨਹੀਂ ਕਰ ਸਕਤਾ ਆਕ ਕੀ ਲਪਟੋ ਨੇ ਜ਼ਹਿਰ ਸਮੇਤ ਹੀ ਬਾਉ ਪ੍ਰੀਤਮ ਸਿੰਘ ਕੋ ਫੂਕ ਡਾਲਾ ਅਬ ਜਲਦੀ ਸੇ ਮੇਰਾ ਹਿੱਸਾ ਮੁਝੇ ਮਿਲਣਾ ਚਾਹੀਏ ਵਰਕਰ ਬੋਲ ਰਿਹਾ ਸੀ ਪਰੰਤੂ ਹਜੂਰਾ ਸਿੰਘ ਚੁੱਪ ਸੀ ਉਹਨਾਂ ਸਾਜੀਵਲ ਪ੍ਰੀਤਮ ਸਿੰਘ ਦੇ ਸੇਵੇ ਝੂਟ ਰਹੀਆਂ ਤੇਜ਼ ਲਪਟਾਂ ਚ 40000 ਦੇ ਨੋਟਾਂ ਦੀਆਂ ਗੱਠੀਆਂ ਉੱਚੀਆਂ ਉੱਠੀਆਂ ਦਿਖ ਰਿਹਾ ਸੀ ਉਹ ਹੁਣ ਕੁਛ ਨਹੀਂ ਸੀ ਸੁਣ ਰਿਹਾ ਕਿ ਉਹਦੇ ਗੋਡੇ ਮੁੱਢ ਖੜਾ ਵਰਕਰ ਕੀ ਕਹਿ ਰਿਹਾ ਉਹ ਸੋਚ ਰਿਹਾ ਸੀ 80000 ਬਾਰੇ ਤੇ ਹੁਣ ਉਹਦਾ ਇਕੱਲੇ ਦਾ ਸੀ ਉਸ ਤੋਂ ਹੁਣ ਕੋਈ ਇੱਕ ਪੈਸਾ ਵੀ ਨਹੀਂ ਲੈ ਸਕਦਾ ਵਰਕਰ ਅਜੇ ਵੀ ਕੁਝ ਬੁੜਬੁੜ ਕਰ ਰਿਹਾ ਸੀ ਪਰ ਹਜ਼ੂਰਾ ਸਿੰਘ ਨੂੰ ਹੁਣ ਉਹਦੀ ਵੀ ਕੋਈ ਪਰਵਾਹ ਨਹੀਂ ਸੀ ਸਭ ਲੋਕ ਮੰਜ਼ਿਲ ਤੋਂ ਵਾਪਸ ਆ ਰਹੇ ਸਨ ਹਜ਼ੂਰਾ ਸਿੰਘ ਹੁਣ ਜੋਤ ਸਿੰਘ ਨਾਲ ਚੱਲ ਰਿਹਾ ਸੀ ਆਪਣੇ ਦੋਸਤ ਦੇ ਸਾਂਝੀ ਦੀ ਮੌਤ ਦਾ ਦੁੱਖ ਜੋਤ ਸਿੰਘ ਨਾਲ ਵੰਡਾ ਰਿਹਾ ਸੀ ਹੌਲੀ ਹੌਲੀ ਭੀੜ ਖਿੰਡ ਫੁੰੜ ਰਹੀ ਸੀ ਹਜ਼ੂਰਾ ਸਿੰਘ ਵੀ ਰਸਤੇ 'ਚੋਂ ਹੀ ਅਲੱਗ ਹੋ ਜਾਣਾ ਚਾਹੁੰਦਾ ਸੀ ਉਹਦੀਆਂ ਅੱਖਾਂ 'ਚੋਂ ਮੋٹے-ਮੋٹے ਹੰਝੂ ਅਜੇ ਵੀ ਡਿੱਗ ਰਹੇ ਸਨ ਉਜੋਤ ਸਿੰਘ ਤੋਂ ਵਿਛੜ ਨਹੀਂ ਲੱਗਾ ਸੀ ਕਿ ਦੂਰੋਂ ਆਉਂਦੀ ਇੱਕ ਪੁਲਿਸ ਗੱਡੀ ਉੱਪਰ ਉਹਦੀ ਨਿਗਾਹ ਪਈ ਉਹ ਡਰ ਕੇ ਕੰਬ ਜਿਆ ਗਿਆ ਪਰ ਗੱਡੀ ਅੱਗੇ ਲੰਘ ਗਈ ਹਜੂਰਾ ਸਿੰਘ ਦੀ ਜਾਨ ਚ ਜਾਨ ਆਈ ਪਰ ਘੜੀ ਕੁ ਪਿੱਛੋਂ ਉਹੀ ਲੋਕਾਂ ਦੇ ਪਿੱਛੋਂ ਦੀ ਹੋ ਕੇ ਹਜੂਰਾ ਸਿੰਘ ਦੇ ਕੋਲ ਆ ਗਈ ਤੇ ਆਖੇ ਰੁਕ ਗਈ ਪੁਲਿਸ ਕਰਮਚਾਰੀਆਂ ਨੇ ਹਜੂਰਾ ਸਿੰਘ ਨੂੰ ਝੱਟ ਹੱਤਖੜੀ ਲਗਾ ਲਈ ਪਿੱਛੇ ਹਜੂਰਾ ਸਿੰਘ ਦੀ ਨਜ਼ਰ ਗੱਡੀ 'ਚ ਬੈਠੇ ਆਪਣੇ ਪਾਪ ਦੇ ਸਾਂਝੀ ਵਰਕਰ ਉੱਤੇ ਪਈ ਮਾਤਮੀ ਲੋਕ ਕੁਝ ਸਮਝ ਨਾ ਸਕੇ ਪਰ ਬੁੱਢੀ ਦਾਦੀ ਸਭ ਕੁਝ ਸਮਝ ਗਈ ਸੀ ਪ੍ਰੀਤਮ ਸਿੰਘ ਕਈ ਵਾਰ ਹਜੂਰਾ ਸਿੰਘ ਨਾਲ ਬੈਠ ਕੇ ਪਿੰਦਾ ਸੀ ਉੱਚੀ ਆਵਾਜ਼ 'ਚ ਬੁੱਢੀ ਦਾਦੀ ਚਿਲਾ ਉੱਠੀ ਮੇਰੇ ਪੋਤੇ ਨੂੰ ਇੱਕ ਜਾਮ ਪਲਾਉਣ ਵਾਲਾ ਇਹੀ ਐ ਪਰ ਲਾਜ ਦੀ ਸੁੰਨੀ ਸੇਜ ਦੇ ਦੁੱਖ ਨੂੰ ਕੋਈ ਨਾ ਸਮਝ ਸਕਿਆ ਜਿਦਿਆਂ ਰਾਤਾਂ ਹੁਣ ਕਦੇ ਚਾਨਣੀਆਂ ਨਹੀਂ ਹੋਣਗੀਆਂ ਮੱਸਿਆ ਦੀ ਕਾਲੀ ਰਾਤ ਹੁਣ ਉਹਦੀ ਸੁੰਨੀ ਸੁੰਨੀ ਸੇਜ ਦੀ ਸਾਥਣ ਸੀ ਬੁੱਢੀ ਦਾਦੀ ਹੁਣ ਧੀਰਜ ਨਹੀਂ ਸੀ ਕਰ ਰਹੀ ਮਾਂ ਜਿਵੇਂ ਬਿਹਾਲ ਹੋ ਰਹੀ ਸੀ ਜੋਧ ਸਿੰਘ ਬੜੀ ਮੁਸ਼ਕਲ ਨਾਲ ਕਦਮ ਪੁੱਟ ਰਿਹਾ ਸੀ ਲਾਜਸੀ ਕੇ ਆਪਣੀ ਜ਼ਿੰਦਗੀ ਦੀ ਕਾਲੀ ਰਾਤ ਵਿੱਚੋਂ ਚਾਨਣ ਦੀ ਇੱਕ ਕਿਰਨ ਲੱਭ ਰਹੀ ਸੀ ਉਹ ਪੁਕਾਰ ਰਹੀ ਸੀ ਆਪਣੇ ਪ੍ਰੀਤਮ ਨੂੰ ਧੰਨਵਾਦ